जी बाइन की है की खाना अपने को की है साढ़े को सारा कुछ आ चनिया की दाल आ मां की दाल आ आलू मटर आ कीमा वा छोटा गोश्त बड़ा गोश्त दाल चेक कराओ पहले जी दाल चेक कराओ नहीं वो पका ली है वो चेक करके पकाई है जी पका ली सारी पका ली है सब्जी चेक कराओ सब्जी भी पका ली है हर शायद चेक करके अभी हांडिया तरिया वा तुम की खाना वा मैं तो एक दो कसम खादिया घंटा डूढ़ लंघ जाना की खादिया चेक कराओगे तो फिर ही है मैं पता चलेगा थोड़ा की जायका की चेक करना दसो भी तो दाल ले आओ दाल हाँ दाल ला भाई रोटी ले आ भाई रोटी देगी छापे रखे आ भाई जल्दी भाई जब भाई इतनी देर कस्टमर इंतजार नहीं करता बिस्मिल्लाह जी भाई और की है हाँ जी और अपने को की है और अपने को चनिया की दाल भी पई है जी वो भी चेक कराओ हाँ ठीक है हाँ चनिया भी पाओ जी माड़ी जी साइड से बेची पाओ बेची लो जी भाई जान तो कदों की खाधी है पहली तालू ना लग गई थोड़ा ये हड्डी वाली दाल पकाई नहीं जड़ी तालू ना जा लगी अगो कस्टमर ने बकवास नहीं करी जा मरो हाथ मार हाँ जी गई मैदे तक थले नू और अपने को की है और अपने को है जी कीमा वा वो चेक कराओ मटर की लाओ जी कीमा लाओ जी कीमा लाओ जी भाई जी सालन तुहाडे दी ना मैं बड़ी धुम सुनी है अच्छा कि नहीं भाई ਉਹ ਭਾਈ ਅਸਲਮ ਦਾ ਕੀਮਾ ਜਿਹੜਾ ਨਾ ਜੀ ਉਹ ਸਾਰੇ ਜ਼ਿਲ੍ਹੇ 'ਚ ਮਸ਼ਹੂਰ ਆ ਕਾਲੀ ਮਿਰਚ ਦਾ ਪਕਾਈਦਾ ਜੀ ਕੀਮਾ ਬੜੀ ਬੜੀ ਦੂਰੋਂ ਲੋਕ ਖਾਣ ਤੁਹਾਡਾ ਨਾ ਜਿਹੜਾ ਗਲੇ ਤੋਂ ਮੈਦੇ ਤੱਕ ਉਹ ਪੈਪ ਦੁਬਾਰਾ ਪੈਣ ਵਾਲਾ ਹਰ ਮੁਰਗੀ ਫਸ ਰਹੀ ਹੈ ਤੁਹਾਡੇ ਇਹ ਮੱਖਣ 'ਚ ਬਣਾਇਆ ਹੋਇਆ ਕੀਮਾ ਭਾਜੀ ਉੱਥੋਂ ਤੇ ਲੱਗਦਾ ਹੀ ਨਹੀਂ ਇਹ ਤੇ ਜ਼ਬਾਨ ਤੇ ਰੱਖਣਾ ਡਾਇਰੈਕਟ ਮੈਦੇ 'ਚ ਮੁਰਗੀ ਵਜਣੀ ਅਸੀਂ ਸ਼ੌਂਕ ਨਾਲ ਖਾਂਦੇ ਆ ਲੇਕਿਨ ਮੈਨੂੰ ਲੱਗਦਾ ਕਿਤੇ ਵਾਹਵਾ ਚਿਰ ਹੋ ਗਿਆ ਸ਼ੌਂਕ ਪੂਰਾ ਕੀਤੇ ਆ ਤੁਹਾਡੇ ਸਾਲਨ ਦਾ ਮੇਰੇ ਸਹੁਰਿਆਂ 'ਚ ਬੜਾ ਮਸ਼ਹੂਰੀ ਹੈ ਅੱਛਾ ਜੀ ਹਾਂ ਮੇਰੇ ਚਾਚੇ ਬੜਾ ਪਸੰਦ ਕਰਦੇ ਆ ਅੱਛਾ ਮੇਰੇ ਮਾਮੂ ਆਉਂਦੇ ਸਨ ਮੁਲਤਾਨੋ ਉਹਨਾਂ ਨੇ ਕਹਿਣਾ ਨਹੀਂ ਵੀ ਉਹ ਕਾਲੇ ਕੋ ਕੀਮਾ ਲਿਆ ਅੱਛਾ ਹਾਂ ਕੀਮਾ ਤੁਹਾਡਾ ਬੜਾ ਚੰਗਾ ਹੁੰਦਾ आम दुकाना ते हट के हुंदा आम वैसे ही कीता सी ए तेरे अर्थवा दन्ना च के मुर्गी नाल लगदी करंट आ जांदा तुहाडे च अजीब गल है भाई तू मैनूं तरो कढ़ी जांदा मेरा होर अपने को की आ होर सा गुम लादम लत्तां कढाउणियां भाई होर तुसी खाणा की आ सालन अपने को केड़ा सब्जी भी पई आ ओ चेक करो सब्जी भी चेक कराइए ਲਿਆ ਵੀ ਮੁੰਡਿਆ ਸਬਜ਼ੀ ਲਾ ਬਈ ਲਓ ਜੀ ਜਨਾਬ ਆਇਆ ਭਾਈ ਨੇ ਆਇਆ ਇੱਕ ਮਿੰਟ ਆਇਆ ਹਾਂਜੀ ਤੁਹਾਡੀ ਰੋਟੀ ਵਜਨ ਦੀ ਪੂਰੀ ਹੁੰਦੀ ਹੈ ਹਾਂਜੀ ਹਾਂਜੀ ਰਿਕਾਰਡ ਆ ਜੀ ਸਾਡੇ ਹੋਟਲ ਦਾ ਕੋਈ ਚੀਜ਼ ਵੀ ਮਾੜੀ ਨਹੀਂ ਤੁਹਾਡੀ ਮਤਲਬ ਜਿਵੇਂ ਘਰਾਂ 'ਚ ਮੱਕਦੀ ਹੈ ਨਾ ਹਾਂਜੀ ਹਾਂਜੀ ਐਵੇਂ ਆ ਜੀ ਕੁੱਕ ਬੜੇ ਅੱਛੇ ਰੱਖੇ ਜੀ ਪੂਰੀ ਤਨਖਾਹ ਦੇਈਦੀ ਆ ਮੈਂ ਹਰ ਮਸਾਲਾ ਜਾਤ ਪੂਰਾ ਦੇਈਦਾ ਮੈਂ ਤੁਹਾਨੂੰ ਦੱਸ ਰਿਹਾ
पूरे महल्ले दे जिहड़े वड्डे लोग आ ना हां जी ओ थोड़ी है चनियां दी दाल हां जी कीमा हां जी बहुत पसंद करदे आ नहीं हुण तुसी चाहो हांडियां जो केड़ा पसंद करदे जे होर अपना को की आ ਇਹ ਭਾਈ ਚਾਰ ਡਿਸ਼ਾਂ ਚੈੱਕ ਕਰਾਤੀਆਂ ਹੋਰ ਤਾਂ ਮੇਰੇ ਕੋਲ ਬਹੁਤ ਕੁਛ ਪਿਆ ਵਾ ਇਹ ਤੁਸੀਂ ਚੈੱਕ ਕਰਨਾ ਇਹ ਭਰਤੀ ਪਾਉਣਾ ਹੈ ਮੈਦੇ 'ਚ ਤੁਹਾਨੂੰ ਇਹਨਾਂ 'ਚੋਂ ਚੋਂ ਜੋ ਚੀਜ਼ ਕਿਹੜੀ ਚੰਗੀ ਲੱਗੀ ਆ ਜਿਹੜੀ ਬੱਚਿਆਂ ਨੂੰ ਪਸੰਦ ਆ ਨਾ ਹਾਂਜੀ ਹਾਂਜੀ ਮੈਂ ਉਹਨਾਂ ਦੀ ਪਸੰਦ ਨੂੰ ਮੱਦੇ ਨਜ਼ਰ ਰੱਖਦਾ ਇਹ ਤਾਂ ਕੀ ਬੱਚੇ ਸਾਰੇ ਤੇਰੇ ਮੈਦੇ 'ਚ ਰਹਿੰਦੇ ਆ ਬੱਚਿਆਂ ਤੱਕ ਪਹੁੰਚਣਾ ਹੀ ਕੁਛ ਨਹੀਂ ਹਰ ਚੀਜ਼ ਨੂੰ ਤੁਸੀਂ ਮੁਰਗੀ ਨਾਲ ਅੰਦਰ ਲਈ ਜਾਂਦਾ ਜੇ ਤੁਸੀਂ ਗੱਲਾਂ ਕਰਦੇ ਜੋ ਹੋਰ ਹਾਂ ਅਸੀਂ ਆ ਗਿਆ ਖਾਂਦੇ ਪੀਂਦੇ ਕਰਦੇ ਨਹੀਂ ਉਹ ਤਾਂ ਮੈਨੂੰ ਲੱਗ ਰਿਹਾ ਵਾ ਤੁਸੀਂ ਇੱਕੋ ਮੁਰਗੀ ਨਾਲ ਪਲੇਟ ਦੀ ਸਫਾਈ ਕਰੀ ਜਾਂਦੇ ਇਹ ਅੱਲਾ ਪਾਕ ਦਾ ਬੜਾ ਕਰਮ ਆ ਕਿੰਨਾ ਤੇ ਭਾਜੀ ਮੈਦੇ ਦੀ ਪਰਲੀ ਸਾਈਡ ਤੇ ਵੀ ਮੁਰਗੀਆਂ ਦੋ ਸੁੱਟੋ ਉਰਲੀ ਕੰਨੀ ਭਾਰੀ ਹੋ ਗਈ ਤੁਹਾਡੀ ਆਪਣੇ ਆਪਣੇ ਮੈਦੇ ਦਾ ਹਿਸਾਬ ਹੁੰਦਾ ਲੈ ਤੇਰੇ ਮੈਦੇ ਦਾ ਕੋਈ ਹਿਸਾਬ ਨਹੀਂ ਵੀ ਹਰ ਸ਼ੈ ਅੰਦਰ ਜਾ ਰਹੀ ਹਜੇ ਤੱਕ ਜਵਾਬ ਕੋਈ ਨਹੀਂ ਆ ਰਿਹਾ ਕਿਹੜੀ ਚੀਜ਼ ਲੈਣੀ ਤੁਸੀਂ ਮੈਂ ਪਤਾ ਕੀ ਕਹਿ ਰਿਹਾ ਹਾਂਜੀ ਮੈਂ ਕਹਿ ਰਿਹਾ ਮੈਂ ਇੱਥੋਂ ਸਾਲਨ ਰੋਟੀ ਲੈ ਜਾਵਾਂ ਮੇਰੇ ਘਰ 'ਚ ਲੜਾਈ ਨਾ ਪਵੇ ਤੇ ਭਾਈ ਤੁਸੀਂ ਲੈਣਾ ਕੀ ਆ ਕਿਉਂਕਿ ਜਿਹੜੀ ਜਿਹੜੀ ਚੀਜ਼ ਤੇ ਕੋ ਆ ਰਹੀ ਅੱਗੇ ਗਾਹ ਕੋਲ ਨਹੀਂ ਜਾਣੀ ਯਾ ਅੱਲਾ ਖੈਰ ਬੇੜਾ ਅਗਰ ਝੱਟ ਹੋ ਗਿਆ ਬਈ ਹਾਏ 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 ਉਹ ਭਾਈ ਤੇਰਾ ਲੋਡ ਘਟਦਾ ਵਿੱਚ ਵਿੱਚ ਕੀ ਹੁੰਦਾ ਤੁਹਾਨੂੰ ਉਹ ਕਸਟਮਰ ਦੇਖਣਗੇ ਪਰੇਸ਼ਾਨ ਹੋ ਜਾਣਗੇ ਉਹਨਾਂ ਕਹਿਣਾ ਪਤਾ ਨਹੀਂ ਸੱਪ ਕਰਕੇ ਖਵਾ ਰਹੇ ਆ ਅਸੀਂ ਖੁੱਲੇ ਦਿਲ ਨਾਲ ਖਾਣ ਵਾਲੇ ਲੋਕ ਆ ਹਾਂਜੀ ਹਾਂਜੀ ਅਸੀਂ ਇੰਜੋਏ ਕਰਦੇ ਆ ਖਾਂਦੇ ਓਏ ਉਹ ਤੇ ਠੀਕ ਆ ਚੈੱਕ ਤੇ ਕਰਦਾ ਬੰਦਾ ਇੱਕ ਮੁਰਗੀ ਦੇ ਨਾਲ ਤੁਸੀਂ ਤਾਂ ਬਿਹਤਰੀਨ ਹੁਣ ਕਾਰੀਗਰ ਹੋ ਗਏ ਜੇ ਆਪਣੇ ਕੋਲ ਹੋਰ ਕੀ ਆ ਜੈਲ ਫਰੇਜ਼ੀ ਆ ਸਾਡੇ ਕੋਲ ਉਹ ਚੈੱਕ ਕਰਾਓ ਤੁਹਾਡੇ ਸਾਲਣ ਸਾਰੇ ਕੀ ਬਾਤ ਆ ਸਾਡੇ ਸਾਲਣ ਆਪਸ 'ਚ ਲੜ ਪੈਣੇ ਇੱਕੋ ਪਲੇਟ 'ਚ ਚਾਰ ਪਵਾਲੇ ਹੁਣ ਪੰਜਵਾਂ ਵੀ ਲਿਆਉਣ ਲੱਗਾ ਮੈਂ ਹੁਣ ਤੁਹਾਡੇ ਪੂਰੇ ਹੋਟਲ ਤੇ ਹੈ ਹੀ ਇੱਕ ਪਲੇਟ ਆ ਮੈਂ ਉੱਥੇ ਕੀ ਕਰਾਂ ਉਹ ਪਲੇਟਾਂ ਦੇ ਹੋਰ ਵੀ ਆ ਧੋਣੀਆਂ ਤੂੰ ਆ ਬਾਅਦ ਉਹ ਕੀ ਹੋ ਗਿਆ ਅਲਾ ਜੀ ਚੱਲ ਬਈ ਲਾ ਬਈ ਇਹਨਾਂ ਲਾ ਬਈ ਮਿੰਟ ਮਾਰ ਬਈ ਚੱਲ ਬਈ ਆ ਦਿਓ ਭਾਈ ਨੂੰ ਪਾਣੀ ਦਿਓ ਪਾਣੀ ਦਿਓ ਮਿੰਟ ਮਾਰ ਬਈ ਆ ਜਾ 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 ਬਈ ਜਵਾਨਾ ਆ ਜਾ ਲਓ ਜੀ ਬਿਸਮਿਲਲਾ ਬਿਸਮਿਲਲਾ ਜੀ ਬਿਸਮਿਲਲਾ ਇਹ ਪਾਣੀ ਪਾਵਾਂ ਜਾਂ ਸੁੱਕੀ ਚਨਾਈ ਕਰਨੀ ਇਹਦੀ ਵੀ ਪਾਣੀ ਪੀ ਜਾ ਵਿੱਚੋਂ ਮੈਨੂੰ ਇਹ ਕਿਹੜਾ ਤੇਰੀ ਬੇਬੇ ਦਾ ਕਮਰਾ ਬਣ ਰਿਹਾ ਰੋਟੀ ਖਾ ਰਹੇ ਸੀ ਪਰ ਰੋਟੀ ਤਮੀਜ਼ ਹੁੰਦੀ ਆ ਉਹ ਤੇਰੀ ਅੰਦਰ ਦੀ ਲੈਬਾਰਟਰੀ ਖਰਾਬ ਆ ਵੀ ਹਰ ਸ਼ੈ ਜਾ ਰਹੀ ਆ ਤੇ ਜਵਾਬ ਕਿਸੇ ਦਾ ਇਹ ਤੂੰ ਪਹਿਲਾਂ ਨਿਛ ਮਾਰ ਹੀ ਲਾਹਾਂ ਲੱਗਦਾ ਫਸੀ ਆ ਘੜੀ ਮੁੜੀ ਆਉਂਦੀ ਉੱਤੇ ਬੁਰਗੀ ਰੱਖ ਦਿੰਦਾ ਤੂੰ ਸਾਲਨ ਗਰਮ ਆ ਅੱਛਾ ਖੱਦਾ ਨਾਜ਼ਕ ਆ ਤੇ ਆਪ ਤੂੰ ਥੋੜਾ ਗਰਮ ਆ ਵੇਖਦੇ ਸਹੀ ਕਿੱਦਾਂ ਤੂੰ ਐਂ ਜੜੇ ਪਏ ਆ ਵੀ ਤੂੰ ਆਪ ਹੀ ਇੰਨਾ ਗਰਮ ਆ ਹਰ ਸ਼ੈ ਠੰਡੀ ਖਾਵੇਂ ਅੰਦਰ ਪਿਘਲਦੀ ਜਾਣੀ ਤੇਰੇ ਅਜੀਬ ਗੱਲ ਆ ਤੇਰੇ ਪਿਓ ਦਾ ਇੱਥੇ ਹੀਟਰ ਲੱਗਾ ਹੁਣ ਭਾਈ ਨੇ ਮੈਂ ਇਕੱਲੇ ਵਾਸਤੇ ਇੱਥੇ ਖਲੋਤਾ ਰਵਾਂ ਵੇਟਰ ਆ ਲੋਕ ਹੋਰ ਵੀ ਵਾਦਾ ਮਾਰ ਰਹੇ ਤੁਸੀਂ ਆਰਡਰ ਲਾਓ ਕਿਹੜੀ ਆ ਮੂੰਹ ਦੇ ਨਾ ਪਾਣੀ ਦਾ ਤਰੌਂਕਾ ਲਾ ਲਾ ਤੈਨੂੰ ਸੇਕ ਪੈਂਦਾ ਲੱਗਦਾ ਤੁਹਾਡੀ ਜਲ ਫਰੇਜ਼ੀ ਦਾ ਜਵਾਬ ਨਹੀਂ ਬਈ ਉਹ ਸਾਡੀ ਹਰ ਗੱਲ ਦਾ ਜਵਾਬ ਨਹੀਂ ਲੇਕਿਨ ਤੇਰੇ ਅੰਦਰੋਂ ਕੋਈ ਜਵਾਬ ਨਹੀਂ ਆ ਰਿਹਾ ਔਰ ਤੁਸੀਂ ਯਕੀਨ ਕਰੋ ਹਾਂਜੀ ਇਹ ਆਮ ਬੰਦੇ ਦੇ ਬਸ ਦਾ ਰੋਗ ਨਹੀਂ ਹੈ ਉਹ ਭਾਈ ਕੀ ਗੱਲ ਆ ਮਤਲਬ ਵਜ੍ਹਾ ਕੀ ਆ ਉਹ ਬੇੜਾ ਦਰ ਜਵੇ ਆਂਡੇ ਚੋਂ ਬਾਹਰ ਆਉਂਦੇ ਆ ਹੁੰਦਾ ਉਹ ਭਾਈ ਓਏ ਆਹ ਕਲਰ ਜੋ ਤੇਰਾ ਰੰਗ ਹੈ ਨਾ ਬਾਹਰ ਆਉਂਦੇ ਆ ਕਲਰ ਤੈਨੂੰ ਨਹੀਂ ਸੈੱਟ ਬੈਠਾ ਹੋਰ ਕੋਈ ਸਾਫਾ ਸੂਫਾ ਉੱਤੇ ਲਿਆ ਕਰੋ ਹੋਰ ਆਪਣੇ ਕੋਲ ਕੀ ਆ ਸਾਡੇ ਕੋਲ ਮੁਲਾਜ਼ਮ ਨੇ ਹੁਣ ਜਿਨ੍ਹਾਂ ਨੇ ਤੈਨੂੰ ਲੰਮਿਆਂ ਪਾ ਕੇ ਤੇਰੇ ਮਹਿੰਦੇ 'ਚ ਵੈਪਰ ਫੇਰ ਕੇ ਸਾਰਾ ਕੁਛ ਕੱਢਣਾ ਉਹ ਭਾਈ ਹਰ ਸ਼ਹਿਰ ਤੇ ਤੈਨੂੰ ਚੈੱਕ ਕਰਾਤੀ ਆ ਕੀ ਬਾਤ ਆ ਤੇ ਬਾਤ ਹੈਗੀ ਆ ਭਾਈ ਮਿਆਰ ਆ ਸਾਡਾ ਇੱਕ ਕੀ ਗੱਲ ਆ ਪੂਰਾ ਸ਼ਹਿਰ ਫਿਰ ਲੈ ਤੂੰ ਫਿਰ ਹਾਂ ਮੈਂ ਮੰਗਣ ਵਾਲਾ ਮੈਂ ਕੇ ਫਿਰ ਅਸੀਂ ਤੇ ਕਸਟਮਰ ਨੂੰ ਡੀਲ ਕਰਨਾ ਹੁੰਦਾ ਭਾਈ ਸ਼ਹਿਰ 'ਚ ਤੁਸੀਂ ਫਿਰ ਸਾਨੂੰ ਕੇ ਫਰਾਉਂਦਾ ਜੇ ਤੈਨੂੰ ਮੈਂ ਮੰਗਣ ਵਾਲਾ ਲੱਗਦਾ ਤੈਨੂੰ ਮੈਂ ਮੰਗਣ ਵਾਲਾ ਲੱਗਦਾ ਤੂੰ ਦੇਣ ਵਾਲਾ ਵੀ ਨਹੀਂ ਲੱਗਣਦੇ ਆ ਆ ਪੰਜਾ ਇਸ ਗੱਲ ਦਾ ਤੂੰ ਪੱਕਾ ਰਹਿਣਾ ਕੀ ਮਤਲਬ ਇਸ ਗੱਲ ਦਾ ਤੂੰ ਪੱਕਾ ਰਹਿਣਾ ਹੁਣ ਕਿਹੜੀ ਗੱਲ ਤੇ ਪੱਕਾ ਰਹਿਣਾ ਆ ਪੱਕਿਆ ਕਿੱਦਾਂ ਕਿੱਦਾਂ ਤੂੰ ਉਹ ਦੱਸ ਮੈਨੂੰ ਆ ਚੱਲ ਫਿਰ ਇਹਦੀ ਕੈਸੀ ਲੱਗੀ ਤੈਨੂੰ ਦੇਖ ਥੋੜਾ ਜਿਹਾ ਓਏ ਉਦਾਂ ਉਹਦੇ ਕੋਲੋਂ ਮੰਗ ਲੈਣੀ ਹੁਣ ਭਾਵੇਂ ਉਹ ਨਾ ਖਾਵੇ ਸਾਰੀ ਨੂੰ ਹੱਥ ਲਾਤਾ ਤੂੰ ਜਾ ਕਾਕਾ ਭਾਜਾ ਪਰੇ ਪਹਿਲਾਂ ਇਹਦੇ ਤੇ 5 ਸਾਲਣਾ ਆਉਂਦਾ ਨਾ ਇਹਦੇ ਮਹਿੰਦੇ 'ਚ ਪਹਿਰਾ ਵਾ ਹੁਣ ਵੇਖੋ ਪਹਿਰੇ 'ਚੋਂ ਕਿਹੜਾ ਬਾਹਰ ਆਉਂਦਾ ਵਾ ਜ਼ਿਆਦਾ ਟਾਊ ਟਾਊ ਨਾ ਕਰ ਹੋਰ ਦੇਖ ਕੀ ਆ
ਆਹੀ ਭਾਈ ਨੇ ਹੋਰ ਤੇ ਕੁਝ ਵੀ ਨਹੀਂ ਹੁਣ ਤੇ 6 ਵਜੇ ਤੋਂ ਬਾਅਦ ਮੱਛੀ ਮੁੱਛੀ ਲਾਈਦੀ ਆ ਹੁਣ ਮੈਂ 6 ਵਜੇ ਤੋਂ ਬਾਅਦ ਆਵਾਂ ਤੂੰ ਕੀ ਲੈਣ ਆਉਣਾ ਧੋਣ ਆਉਣੀ ਮੱਛੀ ਤੂੰ ਕੀ ਲੈਣ ਆਉਣਾ ਉਹ ਭਾਈ ਇਹਦਾ ਆਰਡਰ ਲਾ ਕੀ ਕਰਨਾ ਵਾ 5 ਸਾਲਾਂ ਨੂੰ ਪੰਜਾਂ ਨੂੰ ਕਿਹੜਾ ਪਸੰਦ ਆਇਆ ਤੈਨੂੰ ਤੁਹਾਡੇ ਸਾਲਾਂ ਦਾ ਜਵਾਬ ਨਹੀਂ ਓਏ ਉਹਦਾ ਤੇ ਜਵਾਬ ਨਹੀਂ ਤੇਰਾ ਵੀ ਕੋਈ ਜਵਾਬ ਨਹੀਂ ਤੂੰ ਲੈਣਾ ਕੀ ਹੈ ਇਹਨਾਂ ਚੋਂ ਆ ਕੁਰਸੀ ਦੀ ਇੱਕ ਲੱਤ ਨਹੀਂ ਸਹੀ ਤੇਰੀਆਂ ਦੋਨੇ ਨਹੀਂ ਸਹੀ ਰਹਿਣੀਆਂ ਕਿਉਂਕਿ ਹੁਣ ਮੈਂ ਤਪਿਆ ਵੀ ਆ ਤੇਰੇ ਤੇ ਹੁਣ ਤੁਸੀਂ ਆਰਡਰ ਲਾਉਣਾ ਉਹ ਦੰਦੀਆਂ ਨਾਲ ਜਿਹੜਾ ਮੈਨੂੰ ਆਰਡਰ ਲਾ ਓਏ ਇਹ ਆਲੂ ਜਿਹੜੇ ਆ ਨਾ ਇਹ ਮੰਡੀ ਦੇ ਆ ਸਾਨੂੰ ਕੁਛ ਅਸੀਂ ਖਾਂਦੀ ਪੀਂਦੀ ਫੈਮਿਲੀ ਦੇ ਆ ਤੇ ਮੰਡੀਏ ਹੁੰਦੇ ਆਲੂ ਕਦੋਂ ਕਿਸ਼ਤਾਂ ਵਾਲੀ ਦੁਕਾਨ ਤੋਂ ਹੁੰਦੇ ਤੇਰੇ ਅੰਦਰ ਦਾ ਵੀ ਨਾ ਕਾਫੀ ਕੰਮ ਹੋਣ ਵਾਲਾ ਤੂੰ ਵੇਖ ਤੇ ਸਹੀ ਕੀ ਹਾਲ ਕੀਤਾ ਵਾ ਤੁਸੀਂ ਹੁਣ ਇਸ ਤਰ੍ਹਾਂ ਕਰੋ ਜੀ ਬਿਸਮਿਲਾ ਆ ਰਹਿਣ ਦੋ ਇੱਥੇ ਹਾਂਜੀ ਭਾਜੀ ਉਹ ਤੂੰ ਪਹਿਲਾਂ ਅੰਗੜਾਈ ਲੈ ਹੀ ਲਾ ਹਾਂ ਜਿਹੜੀ ਤੇਰੀ ਰੁਕੀ ਆ ਇਹ ਬੁਰਕੀ ਬੋਲਣਾ ਬਨੈਣ ਬੋਲਣਾ ਤੂੰ ਘੜੀ ਮੁੜੀ ਬਾਹਰ ਤਾਂ ਚੁੱਕੀ ਜਾਂਦਾ ਡੇਲਾ ਕੱਢਣਾ ਮੇਰੇ ਤੋਂ ਜਦੋਂ ਤੁਸੀਂ ਗਾਹਕ ਨਾਲ ਪਿਆਰ ਕਰੋਗੇ ਨਾ ਤੁਹਾਡੀ ਬੁੱਢੀ ਦਰਵਾਜ਼ੇ 'ਚ ਨਹੀਂ ਆਊਗੀ ਕਿਹੜੀ ਮਿਸਾਲ ਲਈ ਜਾਂਦਾ ਹੁਣ ਗਾਹਕ ਨੂੰ ਕੁੱਛੜ ਚੁੱਕ ਲਈਏ ਵੀ ਉਹਨੇ ਬਹਿ ਕੇ ਖਾਣਾ ਹੁੰਦਾ ਪਿਆਰ ਹੀ ਆ ਕਿ ਤੁਹਾਡੇ ਕੋਲ ਖਲੋਤੇ ਹੱਥ ਬੰਨ੍ਹ ਕੇ ਨਾ ਪਿਆਰ ਕਰੋਗੇ ਨਾ ਤੁਹਾਡੇ ਬੱਚੇ ਸੋਕੜੇ ਨਾਲ ਨਹੀਂ ਮਰਨਗੇ ਗਾਹਕ ਨਾਲ ਤੁਸੀਂ ਮੁਹੱਬਤ ਕਰੋਗੇ ਹਾਂ ਤੁਹਾਡੇ ਪੂਰੇ ਖਾਨਦਾਨ 'ਚ 18 ਨਹੀਂ ਹੋਏਗਾ ਮੈਂ ਤਾਂ ਕਹਿੰਦਾ ਗਾਹਕ ਨਾਲ ਪਿਆਰ ਆ ਅਸੀਂ ਤਾਂ ਚੈੱਕ ਕਰਾਉਂਦੇ ਹਾਂ ਸਾਰਾ ਪਿਆਰ ਪੂਰਾ ਹੋ ਜਾ ਕਰਨਾ ਸਾਡਾ ਜਿਹਨੇ ਵੀ ਸਿਰ ਕੱਜ ਕੇ ਰੋਟੀ ਖਾਧੀ ਆ ਅੱਛਾ ਅੱਲਾ ਮੀਆਂ ਨੇ ਉਹ ਤੇ ਰਹਿਮਤ ਕਰਦੀ ਹਾਂਜੀ ਠੀਕ ਆ ਦਿਓ ਆ ਤੜੀ ਆ ਸਾਰੇ ਕੱਜੇ ਅਸੀਂ ਆ ਵੇਖੋ ਇਹ ਸਾਫ਼ ਸਫਾਈ ਦਾ ਅਸੀਂ ਖਿਆਲ ਦੇ ਉਹ ਤੂੰ ਨਾ ਲੈ ਬਹੁਤ ਬੁਰਾ ਲੱਗਦਾ ਏਡਾ ਲੱਗਦਾ ਕੁੱਕੜ ਨੂੰ ਛੁਰੀ ਫਿਰਨ ਚੱਲਾਂ ਤੋਂ ਕਿਉਂਕਿ ਪੁਰਾਣੇ ਬੰਦੇ ਏਦਾਂ ਹੀ ਸਿਰ ਢੱਕਦੇ ਸੀ ਉਦੋਂ ਧੌਣ ਲਾਉਣ ਜਾਂਦੇ ਸੀ ਹਾਂਜੀ ਹੋਰ ਰਹਿਤਾ ਚੈੱਕ ਕਰਾਓ ਯਾਰ ਪਹਿਲੋ ਆ ਰਹਿਤਾ ਲਾਈ ਮੇਰੇ ਰਹਿਤਾ ਲਾਈ ਬਈ ਇਹਨਾਂ ਦੇ ਸਾਲਾਂ ਦਾ ਜਵਾਬ ਨੇ ਬਈ ਭਾਈ ਕਾਲੇ ਦਾ ਸਾਲਨ ਜਿਹੜਾ ਮੈਂ ਦੇਖਿਆ ਲਓ ਜੀ ਜਨਾਬ ਰਹਿਤਾ ਆ ਗਿਆ ਜੀ ਨਹੀਂ ਬਈ ਥੋੜਾ ਹੈ ਥੋੜਾ ਉਹ ਸਿਰ ਧੋਣਾ ਤੂੰ ਇੰਨੇ ਵੜੇ ਨਾ ਉਹ ਇੰਨਾ ਕੀ ਖਾਈਦਾ ਇੱਕ ਕਸਟਮਰ ਜਿਹੜਾ ਇੱਕ ਕੌਲੀ ਇਸਤੇਮਾਲ ਕਰਦਾ ਅਸੀਂ ਖਾਂਦੀ ਪੀਂਦੀ ਫੈਮਿਲੀ ਦੇ ਆ ਇਹ ਕਿਹੜੀ ਫੈਮਿਲੀ ਆ ਖਾਣੇ ਤੋਂ ਬਾਅਦ ਰਹਿਤੇ ਦੀ ਉੱਤੇ ਤਰਪਾਈ ਲਾਉਂਦੀ ਜਿਹੜੀ ਇਹ ਕਿਹੜੀ ਫੈਮਿਲੀ ਆ ਇਹ ਨਾਲ ਨਾਲ ਖਾਈਦਾ ਆ ਤੁਸੀਂ ਇਹਦਾ ਲੇਪ ਕਰਨ ਲੱਗੇ ਉਤੋਂ ਦੀ ਗਰਮਾਲਾ ਸਮਝਦਾ ਗਰਮਾਲਾ ਹਾਂਜੀ ਸਮਝਦਾ ਗਰਮਾਲਾ ਇੰਜ ਕਰਕੇ ਕੈਂਡੀ ਦੇ ਨਾਲ ਸੀਮੈਂਟ ਲਾ ਕੇ ਹਾਂਜੀ ਹਾਂਜੀ ਉੱਤੇ ਗਰਮਾਲਾ ਫੇਰੀਦਾ ਹਾਂਜੀ ਹਾਂਜੀ ਦਾਨੇ ਕਹਿੰਦੇ ਆ ਇਹ ਗਰਮਾਲਾ ਜਿੰਨੀ ਰੋਟੀ ਦੀ ਚਨਾਈ ਆ ਇਹਨੇ ਪਲੇਨ ਕਰ ਦੇਣੀ ਆ ਇਹ ਤੁਹਾਡਾ ਮੈਦਾ ਨਹੀਂ ਡਿਸਟਰਬ ਕਰੇਗਾ ਉਹ ਕੱਲਾ ਦਹੀਂ ਖਾਈ ਇਹਦੇ ਵਿੱਚ ਧਣੀਆਂ ਪਾਇਆ ਤੇਰੇ ਜੋੜਾਂ ਨੂੰ ਪੈਣੀ ਠੰਡੇ ਦੀ ਤੇ ਉਮਰ ਦੇ ਮੇਰੇ ਆਮਾਰ ਥੋੜਾ ਥੋੜਾ ਚਲੋ ਹੋਰ ਲੈ ਆਉਂਦੇ ਹੋਰ ਸਲਾਦ ਵਗੈਰਾ ਚਾਹੀਦੀ ਹਾਂ ਸਲਾਦ ਵੀ ਕਿਹੜੀ ਚਾਹੀਦੀ ਤਾਂ ਕੋਈ ਲਹਿਦਾ ਵੀ ਆ ਗੋਭੀ ਕੱਟੀ ਆ ਤੁਹਾਡੇ ਕੋਲ ਲਹਿਦਾ ਆਈਟਮ ਟਾਲ ਤੋਂ ਮੰਗਾ ਲਈਏ ਲੂਸਣ ਕਟਾ ਕੇ ਅਜੀਬ ਗੱਲ ਕਰਨੇ ਆ ਭਾਈ ਤੂੰ ਰੋਟੀ ਖਾ ਕੇ ਹੁਣ ਰਹਿ ਤਾ ਸਲਾਦ ਲਿਆਣਾ ਜ਼ਿਆਦਾ ਨਾ ਲਿਆਈਓ ਹਾਂਜੀ ਬਸ ਛੋਟਾ ਜਿਹਾ ਬਾਲ ਲਿਆਈਓ ਪੁੱਛ ਪਾ ਕੇ ਤੁਸੀਂ ਬੱਕਰੀ ਲੈ ਕੇ ਆਏ ਨਾਲ ਇੰਨੀ ਸਲਾਦ ਤੇ ਜਾਨਵਰ ਖਾਂਦਾ ਭਾਈ ਨੇ ਇੰਨੀ ਕੁ ਸਲਾਦ ਹੁੰਦੀ ਆ ਪਤਾ ਨਹੀਂ ਤੁਹਾਡੇ ਕੌਣ ਖਾਂਦਾ ਇੰਨੀ ਜਿੰਨੀ ਅਸੀਂ ਖਾਂਦੇ ਆ ਉਹ ਦਿਓ ਅਜੀਬ ਆਹ ਸਲਾਦ ਲਾਈ ਬਈ ਆ ਲਾਈ ਲਾਈ ਮਾਰੀ ਇੱਕ ਮੁੱਠ ਆ ਓਕੇ ਲਿਆਓ ਇਹ ਲਓ ਜੀ ਭਾਈ ਯਾਰ ਉਹ ਕਿਤੇ ਜੰਗਲ ਤੋਂ ਤੁਰਿਆ ਤੂੰ ਇੱਕ ਬੰਦਾ ਸਮਝੇ ਉਹ ਖੀਰਿਆਂ ਦੀ ਬੋਲਿੰਗ ਕਰਾਈ ਜਾਵੇ ਤੇਰੇ ਅੰਦਰ ਉਹ ਯਾਰ ਰਾਮ ਨਾ ਖਾ ਲਾ ਕਿਹੜੀ ਗੱਲੋਂ ਕਿੱਥੋਂ ਘੁਮਾ ਕੇ ਲਿਆਉਂਦਾ ਤੂੰ ਆਪਣਾ ਆਪਣਾ ਸਟਾਈਲ ਆ ਸਟਾਈਲ ਨਹੀਂ ਖਾਦਾ ਹੀ ਨਹੀਂ ਤੁਸੀਂ ਕਦੀ ਤੁਹਾਨੂੰ ਪਤਾ ਹੀ ਨਹੀਂ ਆ ਕੀ ਆ ਉਹ ਜਾ ਕੰਮ ਤੈਨੂੰ ਪਤਾ ਕੀ ਆ ਮਿੰਦੇ ਪਤਾ ਤੈਨੂੰ ਪਤਾ ਕੀ ਆ ਨਹੀਂ ਮੈਨੂੰ ਨਹੀਂ ਪਤਾ ਚੱਲ ਫਿਰ ਮੈਨੂੰ ਵੀ ਨਹੀਂ ਪਤਾ ਜੋ ਤੈਨੂੰ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਇਹਨੂੰ ਪਰੇ ਰੱਖ ਦਿਓ ਇਹਦੇ ਭਾਜੀ ਤੁਹਾਨੂੰ 30 ਰੁਪਏ ਪੈ ਗਏ ਆ ਹਾਂਜੀ ਕੋਈ ਨਹੀਂ ਹੁਣ ਮੈਨੂੰ ਦੱਸੋ ਜਲਦੀ ਆਰਡਰ ਲਾਓ ਮੈਂ ਆਰਡਰ ਲਾਉਣਾ ਅੱਗੇ ਕੀ ਪੈਕ ਕਰਾਉਣਾ ਮਾਂਹ ਦੀ ਦਾਲ ਕਰਾਉਣੀ ਚਨਿਆਂ ਦੀ ਕਰਾਉਣੀ ਆਲੂ ਗੋਭੀ ਕਰਾਉਣੀ ਆ ਜਲ ਫਰਿੱਜ ਕਰਾਉਣੀ ਆ ਮਸਲਾ ਪਤਾ ਕੀ ਆ ਮੈਂ ਕਹਿੰਦਾ ਮੈਂ ਸਾਲਨ ਲੈ ਕੇ ਜਾਵਾਂ ਘਰ ਅੱਛਾ ਬੱਚੇ ਕਹਿੰਦੇ ਨਹੀਂ ਵੀ ਪਾਪਾ ਜਵਾਬ ਨਹੀਂ ਅਤੇ ਜਵਾਬ ਆ ਤੁਹਾਨੂੰ ਕਿਹਾ ਸੀ ਉਹ ਤਾਂ ਕਾਲੇ ਕੋਲ ਲਿਆਉਣਾ ਸਾਲਨ
हाँ जी हाँ जी फिर वो मैं इस करके ना हूँ आ उ देख लो हाँ जी हाँ जी तक हाँ जी हाँ जी भाई मेहरबानी है जल्दी काम नु क्लोज कर सारिया मखियां दुकान दी इस मेज ते आने वाली है उधरों टुर पई यार किधरों साई वाल आनी इतों ही आनी मिनट च बही जानी मिनट मारो जल्दी करो मैं अगला कस्टमर आना कामा लवाना पैना मेरे तक आने आ जाना उन्होंने अपना नसीब खाना मैं अपना नसीब खाना हूँ ये ना कोई बोतल बादल भी यदि लत नहीं सही मैनू तेरी तबीयत सही नहीं लग रही असल जे ना तेरे परली साइड ते दोग पै गई ना सोच ना फिर तू उधर नु होना इधर नु नहीं जा जम्मया कोई मारन वाला ओ मार नहीं जम्मया कोई ओ भाई तीन कस्टमर नु डील कर लेना सी मैं तेनु कल्ले नु करी जन्ना चबा के खा तेरे अंदरों पूगर पैने खीरे कन्ना थानी डंडियां बाहर आ जानियां पहना थोड़ा जो चबा के खा भाई ओ जा कम कर तेरी साडा मैदा हैगा जुंबश वाला नहीं जुंबश दे चेहरे तो नजर आउंदे ही किन्ने क पैंदे ही तुहाडे मैदे च ए मूलियां भाई इन मूलियां इन मैदे दी सफाई कर देनी आ हां जी ए रौनक लग जानी मूलियां खा के ढेडे च तू समान भी खड़ना जा इदा ही पल पुल जाना होटलों के वो लेना की है भाई तू खजाने की लेना की है इन पंजा साल जो केड़ा लेना हम तू शुक्र है मेरे मालिक इन्हें क्लोज लाया पढ़े लिखे हो हाँ जी पढ़िया लिखे हैं अल्लाह पाक कहता रब दिंदिया नू दिंदा हाँ जी हाँ जी जी ये तो मशहूर है जी गल मेरे बाल साहब तुहाडी दुआ नाल अल्लाह नू प्यारे हो गए ਸਾਡੀ ਦਵਾ ਕਾਹਦੀ ਅਸੀਂ ਦਵਾ ਕਿਉਂ ਕਰਨੀ ਇਹ ਚ ਸਾਡੀ ਦਵਾ ਕਿੱਧਰ ਪਾ ਲਈ ਤੇ ਨੀ ਮਨੂਸ ਦਵਾ ਸਾਡੀ ਆਹਾ ਸਾਰੀ ਜ਼ਿੰਦਗੀ ਕੰਮ ਨਹੀਂ ਕੀਤਾ ਤੇ ਹੁੰਦਾ ਹੀ ਨਹੀਂ ਬੱਚਿਆ ਤੇਰਾ ਚਾਹਣਾ ਕਿਹਦੇ ਨਾਲ ਦਿਆਂ ਦੇ ਤੇ ਉਹਨਾਂ ਦਾ ਤੈਨੂੰ ਕੀ ਭਾਰ ਆ ਮੇਰੇ ਵੀ ਉਹਨੇ ਕੀ ਆ ਨਾ ਬੜਾ ਕਲਿਆਣ ਪਾਇਆ ਵੀ ਵਿਹੜੇ ਚ ਹੈ ਤੇਰੇ ਤੇ ਬੱਚੇ ਤੇ ਤੋਂ ਵੀ ਗੂੜੇ ਹੋਣੇ ਏਦਾਂ ਹੀ ਲੱਗਦਾ ਹੋਣਾ ਵਿਹੜੇ ਚ ਗੁਲਾਬ ਜਾਮਣ ਫਿਰ ਹੁੰਦਾ ਹੈ ਕਿਉਂਕਿ ਮੂੰਹ ਮੰਨਦੇ ਵੀ ਲੱਗਦਾ ਮਤਲਬ ਇਹ ਆ ਹਾਂ ਮਤਲਬ ਚਲੋ ਹਾਂ ਰੱਬ ਦਿੰਦਿਆਂ ਨੂੰ ਦਿੰਦਾ ਅੱਛਾ ਹੁਣ ਮੇਰੀ ਇੱਜ਼ਤ ਤੇਰੇ ਹੱਥ ਆ ਤੇ ਤੇਰੀ ਇੱਜ਼ਤ ਮੇਰੇ ਹੱਥ ਆ ਕੀ ਮਤਲਬ ਕਿਹੜੀ ਵਾ ਸ਼ੇਵ ਤੇ ਕਰਾਈ ਆ ਮਾਲਕ ਕਹਿੰਦਾ ਸ਼ੇਵ ਸ਼ੂ ਕਰ ਕੀ ਆ 20 ਰੋਟੀਆਂ ਦੇ ਦੇ ਤੇ 5-4 ਪਲੇਟਾਂ ਮੈਂ ਬਹੁਤੀਆਂ ਨਹੀਂ ਮੰਗਦਾ दाल दिया दे दे अल्लाह तेरे रिज़्क च इजाफा करेगा ओ इन्नी दाल खड़नी खोते बने घर तू ओ चनिया दी दाल खैर है तेरे मैदा प्रॉब्लम ते नहीं कोई 13-14 बच्चे चलो मैं खुश होके खा लेंगे ओ तेरे भावे 2500 बच्चा होवे भाई ए मैनू दस इहदे भी पैसे दे सानू हुण ते ओ जिहड़ा पैकिंग करनी है उहदे भी पैसे दिओ नहीं पैसे है नहीं है पता की मैं सारी जिंदगी भाई जी कैसी टक्कर मारनी मैदे च ते हर शै इदां बन के बाहर निकलनी समझ आई ना ये पागल नहीं है असी ये असी हिसाब देना कैमरे लगे हर शह का पता केड़ी आ रही है भाई ना ए ही टक्कर वजनी आ ही वजनी है सारा खोंबड़ा आना ता डेट है की होया रब दिंदिया नु दिंदा ओ ते मनिया असी लेकिन रब उन्हां नु भी दवे ना जिन्हां ने खादा आ दियो हुण लियाओ पैसे नहीं हैगे ओ भाई ओए ओ नींद ओए अखां खोल आ कौन खलोता तेरे कोल ए खोल दे रख हाँ जी आ परली तो मुके तो बाद वैसे नहीं खुलनी यहाँ तो खोल जरा हाँ ए मैनू देख ए मैं 5 साल लिया नहीं ना दसा की होया मैं तो आधा नुकसान नहीं चाहता ए जेड़ा करता थोड़ा था भी जेड़े सालन ते तेरा शेड पै गया वेखते सी एडा लगता सारे ते काली मिर्च पाई है सी आ तुसी लादा छापर चवा दियो ए मैं घर जाके खा लूंगा ओ तुसी चार मैं तुहानू 5 प्लेटां गया तुसी 4 कर दियो ਵੀ ਰੋਟੀਆਂ ਕਿਹਾ ਤੁਸੀਂ 18 ਕਰ ਦਿਓ ਉਹ ਭਾਈ ਡੇਢ ਮੈਂ ਤੁਹਾਡਾ ਨੁਕਸਾਨ ਨਹੀਂ ਕਰਦਾ ਓਏ ਓਏ ਮੂੰਹ ਸਿੱਧਾ ਰੱਖ ਓਏ ਬਹੁਤ 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 ਬੁਰਾ ਲੱਗਦਾ ਤੂੰ ਮੈਨੂੰ ਐਦਾਂ ਕਿਉਂਕਿ ਮੈਂ ਤੈਨੂੰ ਐਦਾਂ ਬਰਦਾਸ਼ਤ ਕਰਨੇ ਆ ਬੜੀ ਗੱਲ ਆ ਤੇਰੇ ਨਾਲ ਬੰਦਾ ਫੋਨ ਤੇ ਗੱਲ ਕਰੇ ਆ ਤੇਰਾ ਸੇਕ ਮੈਨੂੰ ਆਉਂਦੇ ਆ ਮੈਨੂੰ ਪੁੱਛ ਮੈਂ ਕਿੱਦਾਂ ਖੜਾਂ ਤੇਰੇ ਕੋਲ ਕੀ ਹੋਇਆ ਇੱਕ ਮਿੰਟ ਓਏ ਇੱਕ ਮਿੰਟ ਹੈ ਮੈਂ ਕਿਹਾ ਧੋਣ ਵਾਲੀ ਕੜਾਈ ਵਰਗਾ ਮੂੰਹ ਕਰਦਾ ਤੂੰ
जो भाई जब मैं कहूंगा हाँ हाँ हूँ रोटी दे दे, बच्चे भूखे बैठे हैं। अब भूखे बैठे होना दी तो तू खा जाना, उन्होंने भूखे ही रहना भी तू लैके कि जाना मैं उन्होंने वास्ते ओ थल कर रहा था बह कर देता बह कर देते मैं सारी जिंदगी काम नहीं किया। मेरी गल सुन ला, मैं इतों फड़ के तेन होटल दे बन लेना, उन्होंने कहना पता नहीं इन्होंने रिश लैन का एक एक रुपया तेन देना पैना जो सालन खराब किया एक रोटी खराब नहीं किया लंघ जो बाद कौन लंघ गया पसंद नहीं होंगे है ना लिया पैसे कटो भाई नहीं पैसे मेरे को है नहीं इतने पैसे दे इत मैं कपड़े लवा पैसे पैसे होंगे मैं थोड़ी मेहनत कर दा मैं तेरी मेहरबानी मैं तेरे कपड़े ला के ना उ बन लेना लोगों ने कहना धोने वाली देख रखी इन्होंने एक मिनट तो पहले मेरी तली के पैसे रख दे कोई चीज नहीं मिलनी ए 200 रुपया कट रोटी का पैरों नू हाथ लाया तेरी जान नहीं छुड़नी लत नहीं सही और तेरिया दोने नहीं सही रहनिया हूं मैं तेन कुत्ता ना ला एक मिनट तो पहले पैसे कट नहीं पैसे आ नहीं भाई पैसे नहीं है साले जेबा क्यों लवाइया वा लोया कट्ठा करता मार्केट चो लिया पैसे दियो भाई गरम रोटी लिया पैसे अज मैं तेन तोल दिया इन बिना कहते फड़ लिया छाबे कोई छाबा पूरे होटल गल कर लो भाजी वो गायब हो गया ओए बाहरली शहर नू रोटी खवाउंदा रिहा ओ किधर गया ओ बेड़ा गर्क हो गया गाना खराब हो गया तेरा ओए कैमरे दे विच सारा कुछ आना ओ मालक नू मैनू पैसे देने पैने आ लांदी आ बेड़ा गर्क हो गया तेरा